ਫਾਜ਼ਿਲਕਾ ਵਿੱਚ ਤੜਕਸਰ ਆਏ ਤੇਜ ਚੱਖੜ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਚੱਕ ਡੱਬ ਵਾਲਾ ਵਾਸੀ ਰਮੇਸ਼ ਕੁਮਾਰ ਜੋ ਕਿ ਆਪਣੇ ਪਰਿਵਾਰ ਸਮੇਤ ਘਰ ਦੀ ਛੱਤ ਤੇ ਸੁੱਤਾ ਹੋਇਆ ਸੀ, ਤੜਕੇ 3 ਵਜੇ ਦੇ ਕਰੀਬ ਤੇਜ਼ ਹਨੇਰੀ ਆਈ ਤਾਂ ਉਹ ਆਪਣੇ ਪਰਿਵਾਰ ਸਮੇਤ ਉੱਪਰੋਂ ਮੰਜੇ ਆਦਿ ਸਮਾਨ ਥੱਲੇ ਉਤਾਰ ਰਿਹਾ ਸੀ। ਅਚਾਨਕ ਹਵਾ ਦੇ ਤੇਜ਼ ਬੁੱਲੇ ਦੇ ਨਾਲ ਛੱਤ ਤੋਂ ਉਹ ਹੇਠਾਂ ਡਿੱਗ ਗਿਆ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਉਸਨੂੰ ਫਾਜ਼ਿਲਕਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਮੈਂ ਰਮੇਸ਼ ਕੁਮਾਰ ਬੋਲਦਾ। ਹਾਂਜੀ, ਕੀ ਮਾਮਲਾ ਕੀ ਹੈ ਜੀ? ਇਹ ਜੀ ਰਾਤ ਨੂੰ ਕੋਠੇ ਦੀ ਛੱਤ ਤੇ ਸੁੱਤੇ ਪਏ ਸੀ ਜੀ। ਸਵੇਰੇ 4 ਵਜੇ ਜਦੋਂ ਜੱਖੜ ਜੋਲਾ ਆਇਆ ਹੈ, ਕਣੀਆਂ ਆਈਆਂ, ਇਹ ਮੁੰਡਾ ਇਹਦੇ ਘਰਦਿਆਂ ਨੇ ਉਠਾਇਆ ਹੈ। ਉੱਠਿਆ ਜਦੋਂ ਤੇ ਹਵਾ ਦੀ ਲਪੇਟ 'ਚ ਆ ਕੇ ਸੜਕ 'ਤੇ ਡਿੱਗ ਪਿਆ। ਡਿੱਗਿਆ ਸਾਰੀ ਉਹਨਾਂ ਦੇ ਉੱਥੇ ਮਤਲਬ ਕੰਮ ਡੈਥ ਹੋ ਗਈ। ਬਾਕੀ ਚੈੱਕਅਪ ਵਾਸਤੇ ਲਿਆਂਦਾ ਫਾਇਲ ਕਾ, ਕੋਈ ਮਤਲਬ ਕੋਈ ਗੱਲਬਾਤ ਬਣੀ ਨਹੀਂ। ਮ੍ਰਿਤਕ ਕਰਾਰ ਦੇ ਤਾ ਉਹਨਾਂ ਨੇ, ਉਸ ਤੋਂ ਬਾਅਦ ਘਰੇ ਲੈ ਗਏ। ਇਹਨਾਂ ਦਾ ਬੀਮਾ ਸੀ, ਬੀਮੇ ਪਿੱਛੇ ਸੀ, ਪੋਸਟਮਾਰਟਮ ਵਾਸਤੇ ਇੱਥੇ ਲਿਆਇਆ ਫਾਜ਼ਿਲਕਾ ਸਿਵਲ ਹਸਪਤਾਲ। ਕੀ ਨਾਂ ਹੈ ਅਤੇ ਕਿੱਥੇ? ਇਹਦਾ ਨਾਂ ਜੀ ਰਮੇਸ਼ ਕੁਮਾਰ ਹੈਗਾ, ਸਨ ਆਫ ਸ੍ਰੀ ਹਰੀ ਹਰ ਕਿਸ਼ਨ ਨਾਲ, ਪਿੰਡ ਬਣ ਵਾਲਾ ਜੀ। ਕਿੰਨੀ ਕੁ ਉਮਰ ਦੇ ਸੀ ਜੀ? 45 ਸਾਲ। ਕੀ ਕੰਮ ਕੁੰਮ ਕਰਦੇ ਸੀਗੇ? ਜ਼ਿਮੀਂਦਾਰ, ਖੇਤੀਬਾੜੀ। ਮੈਂ ਜੀ ਹਕਮ ਚੰਦ, ਪਿੰਡ ਹਬੁਨ ਦੇ ਰਹਿਣ ਵਾਲਾ ਜੀ। ਮੇਰਾ ਜੀ ਦੀ ਅੱਜ ਡੈਥ ਹੋਈ ਹੈ, ਰਮੇਸ਼ ਕੁਮਾਰ, ਸਨ ਆਫ ਸ੍ਰੀ ਹਰਕਿਸ਼ਨ ਲਾਲ ਜੀ। ਇਹ ਪਿੰਡ ਚੱਕ ਡੱਬ ਵਾਲੇ ਦੇ ਰਹਿਣ ਵਾਲਾ ਸੀ ਜੀ। ਮੈਨੂੰ ਤਾਂ ਇਹਦੇ ਸਵੇਰੇ ਦੀ 6 ਵਜੇ ਇਹਦੀ ਡੈਥ ਹੋਈ ਦਾ ਫੋਨ ਆਇਆ ਜੀ ਮੇਰੇ ਕੋਲੇ। ਅਸੀਂ ਗਏ ਹਾਂ ਜੀ ਉੱਥੇ, ਫਿਰ ਜਾ ਕੇ ਜੀ ਪਰਿਵਾਰ ਤੋਂ ਪਤਾ ਲੱਗਿਆ ਕਿ ਇਹ ਰਾਤ ਨੂੰ ਆਪਣੇ ਕੋਠੇ ਦੀ ਛੱਤ ਉੱਤੇ ਸੁੱਤੇ ਹੋਏ ਸੀਗੇ। ਸਵੇਰੇ ਜਦੋਂ 4 ਵਜੇ ਦੇ ਲਗਭਗ ਹਨੇਰੀ ਆਈ ਹੈ ਜੀ, ਉਦੋਂ ਇਹ ਹਨੇਰੀ ਦੀ ਵਜ੍ਹਾ ਨਾਲ ਉੱਠੇ ਆ, ਜਾਗੇ ਆ ਜੀ, ਅਤੇ ਉਦੋਂ ਕਿਤੇ ਇਹਨੂੰ ਬਰੋਲਾ ਵੱਜਿਆ ਅਤੇ ਅਗਲੇ ਪਾਸੇ ਆਪਦੇ ਘਰ ਡਿੱਗਿਆ ਜੀ, ਪੱਕੀ ਜਗ੍ਹਾ 'ਤੇ ਡਿੱਗਣਾ ਸਾਰੀ ਉੱਥੋਂ ਡੈਥ ਹੋ ਗਈ ਜੀ। ਗੁਆਂਢੀਆਂ ਨੇ ਇਹਨੂੰ ਚੱਕ ਕੇ ਇੱਥੇ ਲਿਆਂਦਾ ਸ਼ਹਿਰ ਇਲਾਜ ਵਾਸਤੇ, ਅਤੇ ਉਹ ਸ਼ਹਿਰ ਲਿਆਂਦਾ ਜੀ। ਡਾਕਟਰ ਨੂੰ ਦਿਖਾਇਆ, ਉਹਨਾਂ ਨੇ ਇਹਨੂੰ ਜੀ ਮ੍ਰਿਤ ਕਰਾਰ ਦੇ ਤਾ ਵੀ ਇਹਦੇ ਵਿੱਚ ਹੈ ਕੁਛ ਨਹੀਂ, ਡੈਡ ਹੋ ਗਿਆ, ਇਹਦੀ ਬੋਡੀ ਡੈਡ ਹੋ ਗਈ। ਫਿਰ ਵਾਪਸ ਲੈ ਗਏ ਜੀ। ਫਿਰ ਇਹਦਾ ਆਪਣੇ ਇੱਥੇ ਜੀ ਕੋਆਪਰੇਟਿਵ ਬੈਂਕ 'ਚ ਕੋਈ ਬੀਮਾ ਸੀਗਾ ਚੱਲਦਾ ਜੀ ਜੀ। ਉਹ ਪਿੰਡ ਦੇ ਸੈਕਟਰੀ ਨੇ ਜਾਣਕਾਰੀ ਦਿੱਤੀ ਵੀ ਇਹਦਾ ਪੋਸਟਮਾਰਟਮ ਕਰਵਾਓ ਅਤੇ ਇਹਦਾ ਕੋਈ ਬੀਮਾ ਹੈਗਾ ਤਾਂ ਬੱਚਿਆਂ ਦੇ ਕੰਮ ਆਜੂਗਾ, ਬੀਮਾ ਮਿਲ ਜੂਗਾ ਜੀ। ਸੋ ਇਹਦੇ ਕਾਰਨ ਅਸੀਂ ਇੱਥੇ ਇਹਨੂੰ ਪੋਸਟਮਾਰਟਮ ਕਰਵਾਉਣ ਵਾਸਤੇ ਸਿਵਲ ਹਸਪਤਾਲ ਫਾਜ਼ਿਲਕਾ ਜ਼ਿਲ੍ਹੇ ਦੀ ਡੈਡ ਬੋਡੀ ਲੈ ਆਏ ਜੀ। ਕਿੰਨੀ ਕੁ ਉਮਰ ਦੇ ਸੀਗੇ? ਉਮਰ ਦਾ ਹੋਊਗੇ ਲਗਭਗ 45-46 ਸਾਲ ਦਾ ਹੀ ਹੋਣਾ ਜੀ। ਕੰਮ ਕੁੰਮ ਕੀ ਕਰ ਰਹੇ ਸੀ? ਕੰਮ ਇਹਦਾ ਕਹਿੰਦਾ ਸੀਗਾ ਜੀ, ਆ ਕੋਈ ਮਿਹਨਤ ਮਜ਼ਦੂਰੀ ਖੇਤਾਂ 'ਚ ਆਈ ਕਰਦਾ ਸੀਗਾ, ਕੋਈ ਮਾੜੀ ਮੋਟੀ ਖੇਤੀਬਾੜੀ ਦਾ ਜ਼ਮੀਨ ਤਾਂ ਕੋਈ ਹੈ ਨਹੀਂ ਇਹਦੇ ਕੋਲ, ਖੇਤੀਬਾੜੀ ਦਾ ਕਰਦਾ ਸੀਗਾ ਜੀ ਜ਼ਮੀਨਦਾਰਾਂ ਦੇ ਹੀ। ਕਿਹੜੇ ਪਿੰਡ ਦੇ ਰਹਿਣ ਵਾਲੇ ਸੀ? ਇਹ ਪਿੰਡ ਚੱਕ ਡੱਬ ਵਾਲਾ ਜੀ, ਜ਼ਿਲ੍ਹਾ ਫਾਜ਼ਿਲਕਾ ਅਤੇ ਤਹਿਸੀਲ ਫਾਜ਼ਿਲਕਾ ਜੀ। ਸਰ ਕੀ ਨਾਂ ਹੈ ਜੀ ਆਪਣਾ? ਮੇਰਾ ਨਾਮ ਸੰਜੀਵ ਕੁਮਾਰ ਜੀ। ਅੱਛਾ, ਕੀ ਮਾਮਲਾ ਕੀ ਹੈ ਜੀ ਇਹ? ਇਹ ਜੀ ਅੱਜ ਮੇਰੇ ਤਾਏ ਦਾ ਬੇਟਾ ਹੈ, ਪਿੰਡ ਸਾਡਾ ਚੱਕੜਾ ਵਾਲਾ। ਸਵੇਰੇ ਜਦੋਂ ਤਕਰੀਬਨ 3:30-4 ਵਜੇ ਹਨੇਰ ਆਇਆ ਸੀ ਅਤੇ ਛੱਤ ਦੇ ਉੱਪਰ ਸੁੱਤੇ ਪਏ ਸੀ, ਅਤੇ ਅਚਾਨਕ ਹੁੰਦਾ ਹੀ ਆਪਣੇ ਬਿਸਤਰੇ ਇਕੱਠੇ ਕਰਕੇ ਉਹ ਸਾਡੀ ਭਾਬੀ ਜਿਹੜੇ ਸੀ ਉਹ ਮੰਜੇ ਮੁੰਜਿਆਂ ਦਾ ਬਿਸਤਰਾ ਇਕੱਠੇ ਕਰਨ ਲੱਗ ਗਏ, ਅਤੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਥੱਲੇ ਸੁੱਤੇ ਤੋਂ ਉੱਪਰ ਅਚਾਨਕ ਬਸ ਉੱਪਰੋਂ ਥੱਲੇ ਡਿੱਗ ਪਏ। ਕਿੰਨਵੀਂ ਮੰਜ਼ਿਲ ਸੀ ਇਹ? ਆਪਣੀ ਦੂਜੀ ਮੰਜ਼ਿਲ 'ਤੇ। ਅੱਛਾ, ਦੂਜੀ ਮੰਜ਼ਿਲ ਤੋਂ। ਕੀ ਨਾਂ ਸੀਗੇ, ਕਿੰਨੀ ਉਮਰ ਦੇ ਸੀ? ਇਹ ਜੀ ਸਰ ਇਹਨਾਂ ਦਾ ਨਾਮ ਸੀ ਰਮੇਸ਼ ਕੁਮਾਰ ਅਤੇ ਸਨ ਆਫ ਸ੍ਰੀ ਹਰਕਿਸ਼ਨ ਲਾਲ, ਉਮਰ ਇਹਨਾਂ ਦੀ 47 ਸਾਲ ਸੀ। ਕੀ ਕੰਮ ਕੁੰਮ ਕੀ ਕਰਦੇ ਸੀ? ਖੇਤੀਬਾੜੀ ਦਾ ਕੰਮ ਹੈ ਸਾਡਾ ਜੀ। ਹਾਂਜੀ ਸਰ, ਕੀ ਮਾਮਲਾ ਜੀ? ਇਹ ਮਾਮਲਾ ਹੈ ਕਿ ਰਮੇਸ਼ ਕੁਮਾਰ ਪੁੱਤਰ ਹਰਕਿਸ਼ਨ ਲਾਲ ਹੈ ਜੀ, ਰਾਤ ਆਪਣੇ ਬੱਚਿਆਂ ਪਰਿਵਾਰ ਨਾਲ ਕੋਠੀ ਦੀ ਛੱਤ 'ਤੇ ਸੁੱਤਾ ਸੀ ਜੀ, ਅਤੇ ਸੁਬਹ 4 ਵਜੇ ਦੇ ਕਰੀਬ ਹਨੇਰੀ ਚੱਖੜ ਆਇਆ ਜੀ, ਅਤੇ ਉਸ ਟਾਈਮ ਜਦੋਂ ਉੱਠ ਕੇ ਉਹ ਅੰਦਰ ਜਾਣ ਲੱਗਿਆ, ਥੱਲੇ ਉਤਰਨ ਲੱਗਿਆ ਮਤਲਬ ਜੀ, ਤਾਂ ਉਹ ਕੋਠੇ ਦੀ ਬਨੇਰੀ ਤੋਂ ਫਿਸਲ ਗਿਆ, ਥੱਲੇ ਡਿੱਗ ਪਿਆ ਜੀ। ਉਹਦੇ ਸਿਰ ਸੁਰ 'ਚ 7 ਵਜੇ ਹਸਪਤਾਲ ਲਿਆਉਣ ਲੱਗੇ, ਰਸਤੇ ਦੇ ਵਿੱਚ ਉਹਦੀ ਮੌਤ ਹੋ ਗਈ ਜੀ। ਅਤੇ ਇਹਦੇ ਵਿੱਚ ਨਾ ਕੋਈ ਕਿਸੇ ਦਾ ਕਸੂਰ ਹੈ, ਨਾ ਪਰਿਵਾਰ ਕਿਸੇ ਦੇ ਖਿਲਾਫ਼ ਕੋਈ ਕਾਰਵਾਈ ਕਰਾਉਣਾ ਚਾਹੁੰਦਾ ਹੈ। ਫਿਲਹਾਲ ਆਪਾਂ ਇਨਸਾਨੀਅਤ ਦੇ ਨਾਤੇ 174 CRPC ਦੀ ਕਾਰਵਾਈ ਕਰਦੇ ਹਾਂ। ਫਾਜ਼ਿਲਕਾ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ। ਵਧੇਰੇ ਖ਼ਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ।
ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ, ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।